ਵੇਖ ਕਿਤੇ ਮਾੜਾ ਬਣਿਆ ਵਾ, ਖਾਏਂਗੀ ਤੇ ਭੂਈ ਨੂੰ ਯਾਦ ਕਰੇਂਗੀ। ਭੂਈ ਤੂੰ ਤੇ ਓਦਾਂ ਵੀ ਸਾਨੂੰ ਚੇਤੇ ਰਹੂੰਗੀ। ਆਲੂ ਹੋ ਗਏ ਆ, ਉਬਲ ਗਏ ਆ, ਹਾਂ ਪੱਕ ਗਏ ਆ। ਜਾ ਇਹਨਾਂ ਨੂੰ ਨਾ ਠੰਡੇ ਪਾਣੀ ਦੇ ਵਿੱਚੋਂ ਦੀ ਕੱਢ ਕੇ ਨਾ ਤੇ ਬਾਹਰ ਲੈ ਆ, ਕੱਢ ਕੇ ਪਾਣੀ ਡੋਹ ਲਾਵੀ ਗਰਮ। ਭੈਣ ਜੀ ਤੁਸੀਂ ਚੁੱਲ੍ਹੇ ਕਾੜੀ ਜੇ ਸਿਕੰਡੇ ਜੇ ਤੇ ਗੈਸ ਤੇ ਕਰ ਲੈਂਦੇ ਹਾਂ। ਨਹੀਂ ਭੈਣਾ, ਹੁਣ ਚੁੱਲ੍ਹਾ ਤੂੰ ਬਣਾਇਆ ਵਾ ਤੇ ਮੈਂ ਕੋਟਾ ਵੀ ਬਣਾ ਤਾ, ਮੈਂ ਵੇਖਾਂ ਤੇ ਸਹੀ ਗੱਲ ਤੇ ਉੱਥੇ ਦੀ ਉੱਥੇ ਹਵਾ ਦੇ ਨਾਲ ਧੂੰਆਂ ਦਾ ਫਿਰ ਵਿੱਚ ਪੈਣ ਡਿਆ ਵਾ। ਹੁਣ ਸਿਲੰਡਰ ਤੇਰਾ ਮੈਂ ਕਿੱਥੋਂ ਬਾਲਦੀ, ਤੈਨੂੰ ਮਹੀਨੇ ਪਿੱਛੋਂ ਭਰਾਉਣਾ ਪੈਣਾ ਸੀਗਾ। ਚੱਲ ਭੈਣ ਜੀ ਜਿੱਥੇ ਇੰਨੇ ਖਰਚਾ ਹੋਣ ਡੇ ਫਿਰ ਮੈਂ ਸਿਲੰਡਰ ਵੀ ਭਰਾ ਲੈਂਦੀ। ਨਹੀਂ ਬੜਾ ਕੁਝ ਸੋਚਣਾ ਪੈਂਦਾ ਵਾ, ਮੇਰਾ ਕਰਕੇ ਤੁਸੀਂ ਸਾਈਕਲ ਵੇਚ ਦਿੱਤਾ, ਹੁਣ ਮੈਂ ਉਹਦੇ ਉੱਤੇ ਚੀਜ਼ਾਂ ਬਣਾਉਂਗੀ, ਜਾ ਵੜੂੰਗੀ ਘਰ ਤੇ ਮਗਰੋਂ ਤੁਸੀਂ ਗੱਲਾਂ ਕਰਨੀਆਂ ਸੌ ਸੌ। ਆਈ ਤੇ ਖਰਚਾ ਕਰਾ ਕੇ ਚੱਲ ਗਈ, ਮੇਰਾ ਤਾਂ ਕੁਛ ਨੀ ਘੱਸ ਜਾਣਾ, ਰੰਗ ਨੀ ਮੇਰਾ ਕਿਤੇ ਕਾਲਾ ਹੋ ਚੱਲਿਆ। ਹੁਣ ਮੈਂ ਕੁੜੀ ਨੂੰ ਆਖਿਆ ਸੀ ਤੇ ਬਣਾ ਕੇ ਤੇ ਖਵਾ ਲੈਣੇ ਆ, ਨਾਲੇ ਕੁੜੀ ਮੈਨੂੰ ਆਖਣ ਡਈ ਵੀ ਪਾਥੀਆਂ ਮੁੱਲ ਲਈਆਂ ਵਾ, ਤੇ ਮੁੱਲ ਲੈਣ ਨਾਲੋਂ ਚੰਗਾ ਨੀ ਆ ਵੀ ਤੁਸੀਂ ਕਿਤੇ ਗੋਹੇ ਦਾ ਕਿਤੇ ਮਾਲ ਡੰਗਰ ਕਿਸੇ ਨੇ ਲਾਗੇ ਰੱਖਿਆ ਤੇ ਬੰਦਾ ਲੈ ਕੇ ਘੀਰਾ ਲਾ ਲੇ ਪਾਥ ਲੇ। ਭੈਣ ਜੀ ਇੱਥੇ ਤੇ ਅਸੀਂ ਨਵੇਂ ਨਵੇਂ ਆਏ ਸੀ ਤੇ ਇੱਥੇ ਦੇ ਆਂਢ ਗੁਆਂਢ ਵੀ ਨੀ, ਸਾਡਾ ਇੱਕੋ ਹੀ ਘਰ ਆਉਣ ਜਾਣ, ਉਹਨਾਂ ਦੇ ਓਦਾਂ ਹੀ ਨੀ ਮੱਝਾਂ ਹੈਗੀਆਂ। ਚੱਲ ਤੁਹਾਡੀ ਮਰਜ਼ੀ ਆ ਜਿੱਦਾਂ ਵੀ, ਮੈਂ ਤਾਂ ਤੁਹਾਨੂੰ ਚੰਗੀ ਸਲਾਹ ਦਿੰਨੀ ਆ ਵੀ ਹੱਥੀਂ ਕੰਮ ਕਰਨ ਦੇ ਨਾਲ ਕੋਈ ਘੱਸ ਨਹੀਂ ਚੱਲਿਆ, ਮੁੱਲ ਜਿਹੜੀ ਚੀਜ਼ ਲੈਣੀ ਆ ਉਹਦਾ ਕਿੰਨਾ ਕਿਤੇ ਸਰਨਾ ਵਾ। ਮਾਨ ਤੇ ਇਹ ਤੇ ਗੱਲ ਪੈ, ਉਹ ਤੇ ਲਿਆ ਆਲੂ ਪਰ ਮੈਂ ਇਕੱਲੀ ਕਿੱਧਰ ਕਿੱਧਰ ਹੋਵਾਂ। ਮਾਨ ਤੇ ਲੈ ਆ ਕੋਈ ਜੀ ਆਲੋ, ਆਲੂ ਆਲੂ ਤੇ ਮੈਂ ਛੇਲੇ ਲਿਆਂਦੇ ਆ। ਚੱਲ ਮੇਰੇ ਲਾਗੇ ਬਹਿ ਜਾ ਇੱਥੇ ਓਟੇ ਤੇ, ਤੂੰ ਆਪ ਤੇ ਕਰੋ ਤੇ ਹੀ ਕੰਮ ਤੇ ਮੈਂ ਉਧਰ ਦਾ ਵੇਖ ਲੈਂਦੀ ਆ। ਚੱਲ ਵੇਖ ਲੈ ਕੁੜੀ ਸਿੱਖ ਲੂਗੀ, ਮੈਂ ਤੇ ਇਹਨੂੰ ਤਾਂ ਆਖਣ ਦੀ ਵੀ ਲਾਗੇ ਬਹਿ ਜੇ। ਉਹ ਤਾਂ ਤੇਲ ਉਹਨਾਂ ਕੀ ਪਾਉਣਾ ਵਾ ਜਿੰਨੀ ਕੁ ਜ਼ਰੂਰਤ ਵਾ, ਮਹਾਂ ਦੋ ਤਿੰਨ ਚਮਚੇ ਆਲੂ ਆਪਣੇ ਕੋਲ ਤਿੰਨ ਚਾਰ ਹੀ ਆ। ਠੀਕ ਆ ਕੋਈ ਜੀ, ਵਿੱਚ ਆਪਾਂ ਥੋੜੀ ਜਿਹੀ ਸੌਸ ਪਾ ਲੈਣੀ ਆ। ਠੀਕ, ਜੇ ਆਮ ਚੂਰਨ ਹੋਵੇ ਨਾ, ਹਾਂਜੀ ਉਹ ਪੈ ਜਾਏ ਤੇ ਉਹਦੇ ਨਾਲ ਹੋਰ ਵਧੀਆ ਸਵਾਦ ਆਉਂਦਾ ਖੱਟਾ ਮਿੱਠਾ। ਠੀਕ ਆ, ਮੇਰੇ ਪਿੰਡ ਆਵੇਂਗੀ ਨਾ ਕੋਈ ਤੇ ਨਾਲ ਹੀ ਲੈ ਦਿਓ, ਨਾਲ ਕੁਛ ਤੇਰੇ ਮੰਮੀ ਡੈਡੀ ਨੂੰ ਪੁੱਛਣਾ ਪੈਣਾ ਵਾ, ਉਹ ਸਕੂਲ ਦਾ ਵੀ ਪੁੱਛੀ ਫਿਰਨ ਡਏ ਆ, ਛੁੱਟੀਆਂ ਜਦੋਂ ਕਿਤੇ ਤੁਹਾਨੂੰ ਅਗਲੀ ਵਾਰ ਪੈਣਗੀ ਹੈ ਨਾ। ਠੀਕ ਆ, ਉਦੋਂ ਆ ਜਾਓ, ਉਦਾਂ ਆਉਣਾ ਦੋ ਚਾਰ ਦਿਨ ਆ ਜਾਈ। ਠੀਕ, ਹੁਣ ਧਿਆਨ ਰੱਖਣਾ ਇੱਧਰ ਵੇਖੀ ਜਾ। ਠੀਕ ਆ, ਹਾਂਜੀ ਆਲੂਆਂ ਨੂੰ ਆਪਾਂ ਹੱਥ ਨਾਲ ਹੀ ਇੱਦਾਂ ਕ੍ਰਾਸ ਕਰਕੇ ਪਾ ਲੈਣਾ ਵਾ। ਜਿਹੜੇ ਪੁੱਤ ਆਪਾਂ ਬਾਹਰੋਂ ਚੀਜ਼ਾਂ ਲੈ ਕੇ ਖਾਣੀਆਂ ਕੋਈ ਉਹਦਾ ਹੈਗਾ ਮਾਸਾ ਜਿੰਨਾ ਕੀ ਪਾਉਣ ਡੇ ਤੇ ਕੀ ਕਰਨ ਡੇ ਆ। ਇਹਦੇ ਵਿੱਚ ਸਾਬਤ ਧਨੀਆ ਤੇ ਥੋੜੀ ਜਿਹੀ ਕਾਲੀ ਮਿਰਚ, ਬਹੁਤ ਵਧੀਆ ਸਵਾਦ ਆਉਂਦਾ। ਠੀਕ ਆ ਕੋਈ, ਤੁਹਾਨੂੰ ਤੁਸੀਂ ਕਿੱਥੋਂ ਬਣਾਉਣਾ ਸਿੱਖਿਆ ਡੋਸਾ? ਪੁੱਤ ਮੈਂ ਕਿੱਥੋਂ ਸਿੱਖਣਾ ਵਾ, ਮੈਂ ਵੀ ਬੜੀ ਸ਼ੌਕੀਨ ਵਾਂ ਫੋਨ ਵੇਖਣ ਦੀ, ਮੈਂ ਤੇ ਉਹਦੇ ਤੋਂ ਹੀ ਵੇਖ ਵੇਖ ਕੇ ਸਿੱਖਿਆ ਸਾਰਾ ਕੁਝ। ਸਾਰੇ ਮਸਾਲੇ ਜਿਹੜੇ ਨਾ ਵਿੱਚ ਮਿਕਸ ਕਰ ਲਏ ਆ,
ਇਹਦੇ ਵਿੱਚ ਆਮਚੂਰਨ ਪਾਊਡਰ, ਹਲਦੀ ਪਾਊਡਰ, ਕਸ਼ਮੀਰੀ ਲਾਲ ਮਿਰਚ ਤੇ ਜੀਰਾ, ਥੋੜਾ ਜਿਹਾ ਗਰਮ ਮਸਾਲਾ। ਠੀਕ ਆ। ਇਹਦੇ ਵਿੱਚ ਲਾਲ ਮਿਰਚ ਪਾਈ ਕਸ਼ਮੀਰੀ, ਤੇ ਜੇ ਤੈਨੂੰ ਮਿਰਚ ਨਹੀਂ ਪਸੰਦ ਤੇ ਇਹਦੇ ਵਿੱਚ ਮੈਂ ਇੱਕ ਹੀ ਪਾਉਣੀ ਹਰੀ। ਇੱਕੋ ਹੀ ਪਾ ਦੋ ਭੂਈ ਜੀ। ਉਹ ਤੇਰੇ ਪੁੱਤ ਆਪਣੇ ਖਾਣ ਦੇ ਹਿਸਾਬ ਦੇ ਨਾਲ ਹੀ ਹੈ ਨਾ, ਕੋਈ ਵੱਧ ਖਾਣੀ ਪਸੰਦ ਕਰਦਾ ਕੋਈ ਘੱਟ। ਹਾਂਜੀ, ਜ਼ਿਆਦਾ ਤਿੱਖੀ ਮਿਰਚ ਬੱਚੇ ਖਾਂਦੇ ਵੀ ਨਹੀਂ ਨਾ, ਫਿਰ ਮੈਂ ਇਸੇ ਕਰਕੇ ਇੱਕ ਹੀ ਪਾਈ ਆ। ਲੈ ਸਬਜ਼ੀ ਤੇ ਤੇਰੀ ਹੋ ਗਈ ਤਿਆਰ, ਥੋੜਾ ਆ ਜਾ ਮੇਰਾ ਪੁੱਤ ਪਾਣੀ ਲੈ ਕੇ ਆ ਜਾ। ਕੁੜੀ ਦਾ ਖਰਿਆ ਕਿੰਨਾ ਕੁ ਜੀ ਕਰਦਾ ਸੀਗਾ, ਮਿਹਨਤ ਤੇ ਮੇਰੀ ਲੱਗ ਗਈ ਆ, ਪਰ ਸਵਾਦ ਵੀ ਆਜੂ ਵਿਚਾਰੀ ਨੂੰ ਖਾਣ ਦਾ। ਮਾਨਤ। ਹਾਂਜੀ। ਮੰਮੀ ਤੇਰੀ ਉਹਦਾ ਧਾਨੀ ਆ, ਕਿੱਦਾਂ ਰੋਟੀ ਪਾਣੀ ਕਰਦੀ ਮੇਰੀਆਂ ਦੇਖਾ, ਬਾਹਰ ਆ ਚੱਲੀਆਂ ਵਾ ਤੇ ਮੈਨੂੰ ਪਤਾ ਨਹੀਂ, ਜਾ ਕੇ ਹੁਣ ਘਰੇ ਦਾਰੂ ਦੂਰੂ ਵੀ ਪਾਉਣਾ ਪੈਣਾ ਅੱਖਾਂ ਦੇ ਵਿੱਚ। ਤੁਸੀਂ ਮੰਮੀ ਦੇ ਹੁਣ ਗਿੱਜੀ ਆ ਕਰਨਾ, ਪਾਣੀ ਪਾਉਣ ਦੇ ਨਾਲ ਨਾ ਥੋੜੀ ਜਿਹੀ ਗਰੇਵੀ ਬਣ ਜਾਂਦੀ ਆ। ਹੁਣ ਤੂੰ ਜਵਾਨ ਹੋਣ ਦੀ ਆ, ਵੇਖਿਆ ਕਰ ਚੀਜ਼ਾਂ ਕਿੱਦਾਂ ਬਣਦੀਆਂ ਵਾ। ਠੀਕ ਆ। ਟਮਾਟਰ ਉਬਾਲ ਕੇ, ਟਮਾਟਰ ਨੂੰ ਪੀਹ ਕੇ ਨਾ, ਉਹਦੀ ਪਿਊਰੀ ਬਣਾ ਕੇ ਉਹਦੇ ਵਿੱਚ ਵੀ ਜਦੋਂ ਗਰੇਵੀ ਬਣਦੀ ਤੇ ਹੋਰ ਲਾਜਵਾਬ ਚੀਜ਼ ਬਣ ਜਾਂਦੀ ਆ। ਜੇ ਤੂੰ ਥੋੜਾ ਸੁੱਕ ਪੁਕਾ ਜਿਹਾ ਰੱਖੇਂਗੇ ਨਾ ਇਹਨੂੰ, ਤੇ ਡੋਸੇ ਦੇ ਉੱਪਰ ਪਾ ਕੇ ਸੌਖਾ ਖਾਧਾ ਜਾਂਦਾ, ਤੇ ਜੇ ਤੂੰ ਥੋੜੀ ਜਿਹੀ ਤਰੀ ਬਣਾਏਂਗੀ ਤੇ ਜਿੱਦਾਂ ਮਰਜ਼ੀ ਉਹਨੂੰ ਵਿੱਚ ਭਿਉਂ ਭਿਉਂ ਕੇ ਖਾ। ਜਾਂ ਪਾਉਣਾ ਲਿਆ ਮੇਰਾ ਭੱਜ ਕੇ ਪੁੱਤ, ਸਬਜ਼ੀ ਤੇ ਗਈ ਬਣ ਲਿਆਈ। ਮੂੰਹ ਚ ਤੇ ਮੇਰੇ ਪਾਣੀ ਆਉਣ ਡਿਆ ਵੇਖ ਕੇ, ਮੈਨੂੰ ਚਿਰ ਹੀ ਹੋ ਗਿਆ ਖਾਧਿਆਂ ਨੂੰ। ਮਾਨਤ। ਹਾਂਜੀ ਭੂਈ ਜੀ। ਪੁੱਤ ਆ ਜਾ। ਭੂਈ ਜੀ ਪਾਉਣਾ ਤੇ ਲੱਭਾ ਨਹੀਂ ਆ। ਚੱਲ ਮੈਨੂੰ ਇੱਥੋਂ ਮਿਲ ਗਿਆ ਸੀਗਾ, ਮੈਂ ਫਿਰ ਟਿਸ਼ੂ ਪੇਪਰ ਲਿਆਂਤੇ ਜਿਹੜਾ ਕੱਲ ਤੈਨੂੰ ਮੈਂ ਸਮਾਨ ਦਿੱਤਾ ਸੀ ਨਾ ਪੀਣ ਵਾਸਤੇ। ਹਾਂਜੀ। ਦਾਲ ਤੇ ਚੌਲ ਉਹਨਾਂ ਨੂੰ ਮੈਂ ਪੀ ਕੇ ਲਿਆਂਦਾ ਵਾ। ਠੀਕ ਆ ਭੂਈ ਜੀ। ਪੀਣ ਦੇ ਜਦੋਂ ਪੀਣਾ ਵਾ ਨਾ ਇਹਨਾਂ ਨੂੰ। ਹਾਂਜੀ। ਤੇ ਪਾਣੀ ਸਿਰਫ 2 ਜਾਂ 3 ਚਮਚੇ ਪਾਉਣੇ ਆ, ਉਹ ਤੋਂ ਵੱਧ ਪਾਣੀ ਨਹੀਂ ਪਾਉਣਾ, ਨਾ ਤੇ ਬਹੁਤਾ ਸੰਘਣਾ ਤੇ ਨਾ ਹੀ ਬਹੁਤਾ ਪਤਲਾ ਹੋਣਾ ਚਾਹੀਦਾ ਵਾ ਜਦੋਂ ਆਪਾਂ ਆਵੇ। ਹਾਂਜੀ। ਇਹਦੀ ਪੂਰੀ ਤਰ੍ਹਾਂ ਜਿਹੜੀ ਆ ਧਾਰ ਬੱਝਣੀ ਚਾਹੀਦੀ ਆ। ਤਵਾ ਜਿਹੜਾ ਵਾ ਨਾ ਇੰਨਾ ਜ਼ਿਆਦਾ ਵੀ ਨਹੀਂ ਗਰਮ ਹੋਣਾ ਚਾਹੀਦਾ, ਡੋਸਾ ਜਿਹੜਾ ਉਹਦੇ ਉੱਤੇ ਚਿਪਕ ਜੇ। ਤਵਾ ਜਦੋਂ ਥੋੜਾ ਗਰਮ ਲੱਗਿਆ, ਥੋੜਾ ਪਾਣੀ ਪਾ ਕੇ ਨਾ ਉਹਨੂੰ ਚੈੱਕ ਕਰ ਲੈਣਾ ਵਾ, ਉਹਦਾ ਜਿਹੜਾ ਤਵੇ ਦਾ ਸੇਕ ਵਾ ਨਾ ਥੋੜਾ ਘੱਟ ਜਾਂਦਾ ਵਾ। ਠੀਕ ਆ। ਲੈ ਆਪਣਾ
ਇੱਕ ਦੋ ਮੈਂ ਬਣਾਉਣੀ ਆ ਤੇ ਤੂੰ ਆਪ ਬਣਾ ਕੇ ਵੇਖੀ। ਠੀਕ ਭੂਜੀ। ਠੀਕ ਆ। ਹਾਂਜੀ ਗੋਲ ਗੋਲ ਸ਼ੇਪ ਦੇ ਵਿੱਚ ਇਦਾਂ ਇਹਨੂੰ ਨਾ ਆਪਾਂ ਸਾਰੇ ਤਵੇ ਤੇ ਫੈਲਾ ਦੇਣਾ ਵਾ। ਠੀਕ ਭੂਜੀ। ਵੇਖਿਆ ਕਿੰਨਾ ਮਜ਼ਾ ਆਉਣ ਡਿਆ ਜੀ, ਮੈਨੂੰ ਤੇ ਬੜਾ ਮਜ਼ਾ ਆਉਣ ਡਿਆ, ਤੈਨੂੰ ਖਰਿਆ ਹੁੰਦਾ ਕਿ ਨਹੀਂ ਹੁੰਦਾ ਵੇਖਣ ਦਾ? ਹੁੰਦਾ ਭੂਜੀ ਮਜ਼ਾ, ਪਰ ਮੈਂ ਕਦੀ ਇਹ ਚੀਜ਼ਾਂ ਖਾ ਕੇ ਨਹੀਂ ਨਾ ਵੇਖੀਆਂ। ਖਾ ਕੇ ਨਹੀਂ ਵੇਖੀਆਂ, ਬਣਾਉਣ ਚ ਵੀ ਮਜ਼ਾ ਤੇ ਖਾਣ ਚ ਵੀ ਮਜ਼ਾ। ਹੁਣ ਤੂੰ ਹੱਥੀ ਬਣਾਵੇਂਗੀ ਤੇ ਤੈਨੂੰ ਵੇਖੀ ਕਿੱਦਾਂ ਨਜ਼ਾਰਾ ਆਉਂਦਾ ਵਾ। ਤੈਨੂੰ ਲੱਗਣਾ ਕਿ ਚੱਲ ਮੰਮੀ ਨੇ ਮੈਂ ਘੱਟਦਾ ਵਾ ਤੇ ਆਪ ਵੱਧ ਕੰਮ ਕਰਾਂ। ਜਿਉਂ ਜਿਉਂ ਬੰਦੇ ਦਾ ਇਹੋ ਜਿਹੇ ਕੰਮਾਂ ਚ ਧਿਆਨ ਜਾਂਦਾ ਨਾ, ਪੜ੍ਹਾਈ ਲਿਖਾਈ ਦੇ ਨਾਲ ਨਾਲ ਹੁਨਰ ਵੀ ਹੋਣਾ ਬੜਾ ਜ਼ਰੂਰੀ ਵਿੱਚ। ਭੂਜੀ ਗੱਲ ਤੇ ਤੁਹਾਡੀ ਸਹੀ ਆ। ਜਦੋਂ ਡੋਸਾ ਪੱਕਦਾ ਆ ਨਾ ਉਤਾਵੇ ਆਪਣੇ ਨਾਲ ਦੀ ਨਾਲ ਕੰਢੇ ਛੱਡ ਦਿੰਦਾ ਵਾ। ਇਹਦੇ ਉੱਪਰ ਆਪਾਂ ਨਾ ਦੇਸੀ ਘਿਓ ਜਾਂ ਆਪਣਾ ਤੇਲ ਕੋਈ ਵੀ ਪਸੰਦ ਦਾ ਲਾ ਸਕਦੇ, ਇਹਦੀ ਸਾਈਨ ਵੱਧ ਜਾਂਦੀ ਆ। ਨਾ ਭੂਈ ਜੀ, ਮੇਰੇ ਦੇ ਅੱਗੇ ਬੜੇ ਪਿੰਪਲ ਹੋਣ ਡੇ, ਮੇਰੇ ਤੇ ਮੂੰਹ ਤੇ ਪਿੰਪਲ ਹੋ ਜਾਣੇ, ਮੇਰੇ ਤੇ ਅੱਗੇ ਉਂਗਲੀਆਂ ਤੇ ਬਹੁਤ ਪਿੰਪਲ ਹੋਏ ਆ। ਉਹ ਤਾਂ ਨਹੀਂ ਖਾਣਾ ਤੇ ਆਪਾਂ ਇਦਾਂ ਵੀ ਖਾ ਸਕਦੇ ਆ, ਵੇਖ ਕਿਤੇ ਮਾੜਾ ਬਣਿਆ ਵਾ। ਖਾਏਂਗੀ ਤੇ ਭੂਈ ਨੂੰ ਯਾਦ ਕਰੇਂਗੀ। ਭੂਈ ਤੂੰ ਤੇ ਉਦਾਂ ਵੀ ਸਾਨੂੰ ਚੇਤੇ ਰਹੂੰਗੀ। ਮਾਨਤ ਉਹ ਕੋਲੀ ਚਮਚਾ ਲਿਆ ਤੈਨੂੰ ਮੈਂ ਸਬਜ਼ੀ ਪਾ ਕੇ ਦਵਾਂ। ਭੂਈ ਜੀ ਤੁਸੀਂ ਮੈਨੂੰ ਸਾਰੀ ਚ ਪਾ ਦੋ ਜਿੱਦਾਂ ਵਿਆਹਾਂ ਚ ਪਾ ਕੇ ਦਿੰਦੇ, ਮੈਨੂੰ ਤੇ ਪਤਾ ਹੀ ਹੁਣ ਲੱਗਾ ਵੀ ਇਹਨੂੰ ਡੋਸਾ ਕਹਿੰਦੇ ਆ। ਪੁੱਤ ਹੋਰ ਡੋਸਾ ਕਿਹਨੂੰ ਕਹਿੰਦੇ ਆ? ਖਾਵਾਂਗੀ ਤੇ ਭੂਆ ਨੂੰ ਯਾਦ ਕਰੇਂਗੀ। ਭੂਈ ਇਹ ਤੇ ਵੇਖਣ ਨੂੰ ਬੜਾ ਵਧੀਆ ਲੱਗਣ ਡਿਆ ਵਾ। ਤੈਨੂੰ ਵੇਖਣ ਨੂੰ ਨਾ ਤੈਨੂੰ ਖਾਣ ਨੂੰ ਵੀ ਸਵਾਦ ਲੱਗੂਗਾ। ਤੇਰੇ ਹੱਥਾਂ ਚ ਤੇ ਮੈਨੂੰ ਲੱਗਦਾ ਕਮਾਲ ਹੀ ਆ। ਕਮਾਲ ਤੇ ਮੈਨੂੰ ਉਦੋਂ ਚੰਗਾ ਲੱਗਣਾ ਜਦੋਂ ਤੂੰ ਆਪਣੇ ਹੱਥੀ ਬਣਾ ਕੇ ਮੈਨੂੰ ਖਵਾ ਲੇਂਗੀ। ਕੋਈ ਨੀ ਭੂਈ ਜੀ, ਮੈਂ ਖਵਾਲ ਦੂ ਤੁਹਾਨੂੰ। ਚੱਲ ਖਾ ਹੁਣ ਖਾ ਕੇ ਨਾ ਤੇ ਮੈਂ ਹੋਰ ਬਣਾਉਣੀ ਆ ਤੇ ਮੁੜ ਕੇ ਆਪਣੇ ਮੰਮੀ ਡੈਡੀ ਨੂੰ ਤੇ ਉਹ ਨਾ ਪ੍ਰੀਤ ਨੂੰ ਸਾਰਿਆਂ ਨੂੰ ਫੜਾ ਦੇ ਮੇਰਾ ਪੁੱਤ। ਭੂਈ ਜੀ ਦੱਸੋ, ਇਹ ਤੇ ਸਵਾਦ ਹੀ ਬੜਾ ਲੱਗਣ ਡਿਆ ਮੈਨੂੰ। ਜਰਾ ਪਿੱਛੋਂ ਤੂੰ ਪੁੱਤ ਖਾਧਾ ਤੈਨੂੰ ਫਿਰ ਤਾਂ ਜ਼ਿਆਦਾ ਸਵਾਦ ਲੱਗਣ ਡਿਆ ਵਾ।